ਕਰੋਨਾ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਤੇਜ਼ ਹੋ ਗਈ ਹੈ ਜਿਸ ਦੇ ਚੱਲਦੇ ਹੋਏ ਨੰਗਲ ਪੁਲਿਸ ਨੇ ਵੀ ਸਖਤੀ ਵਧਾਉਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਜਿਸ ਦੇ ਚੱਲਦੇ ਹੋਏ ਨੰਗਲ ਦੇ ਵਿੱਚ ਟ੍ਰੈਫਿਕ ਪੁਲਿਸ ਦੁਆਰਾ NFL ਚੌਂਕ ਉੱਤੇ ਇੱਕ ਵਿਸ਼ੇਸ਼ ਨਾਕਾ ਲਗਾ ਕੇ ਮਾਨਯੋਗ SSP ਰੋਪੜ ਡਾਕਟਰ ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟ੍ਰੈਫਿਕ ਪੁਲਿਸ ਨੰਗਲ ਦੁਆਰਾ ਲਗਾਤਾਰ ਸਖਤੀ ਵਧਾ ਦਿੱਤੀ ਗਈ ਹੈ ਟ੍ਰੈਫਿਕ ਇੰਚਾਰਜ ਨੰਗਲ ਮਹਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਖਤੀ ਵਧਾਈ ਗਈ ਹੈ ਤੇ ਹਰ ਇੱਕ ਉਸ ਵਿਅਕਤੀ ਨੂੰ ਜਿਸਨੇ ਮਾਸਕ ਨਹੀਂ ਪਹਿਨਿਆ ਹੈ ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਨਾਲ ਹੀ ਪੁਲਿਸ ਦੁਆਰਾ ਉਹਨਾਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜੋ ਬਿਨਾਂ ਮਾਸਕ ਤੋਂ ਘਰੋਂ ਬਾਹਰ ਨਿਕਲਦੇ ਹਨ ਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਹਰ ਇੱਕ ਵਿਅਕਤੀ ਜੇਕਰ ਆਪਣੇ ਘਰ ਤੋਂ ਬਾਹਰ ਆਉਂਦਾ ਹੈ ਤਾਂ ਉਹ ਮਾਸਕ ਜ਼ਰੂਰ ਪਹਿਨੇ ਤਾਂ ਜੋ COVID-19 ਵਰਗੀ ਮਹਾਮਾਰੀ ਨਾਲ ਲੜਿਆ ਜਾ ਸਕੇ ਨੰਗਲ ਤੋਂ ਪੰਜਾਬ ਟੀਵੀ ਲਈ ਅਵਿਨਾਸ਼ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ ਗੱਲ ਇਸ ਤਰ੍ਹਾਂ ਹੈ ਜੀ ਕਿ ਕੋਰੋਨਾ ਮਹਾਮਾਰੀ ਜਿਹੜੀ ਹੈਗੀ ਹੈ COVID-19 ਕਰੋਨਾ ਮਹਾਮਾਰੀ ਦੁਬਾਰੇ ਬਹੁਤ ਜੰਗੀ ਪੱਧਰ 'ਤੇ ਉੱਭਰ ਕੇ ਆ ਰਹੀ ਹੈ ਸੋ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਪਰ ਜਿਹੜੇ ਇਸ ਕਾਨੂੰਨ ਦੀ ਉਲੰਘਣਾ ਕਰਦੇ ਆ ਮਾਸਕ ਵਗੈਰਾ ਨਹੀਂ ਪਹਿਨਦੇ ਉਹਨਾਂ ਦੇ ਜੰਗੀ ਪੱਧਰ 'ਤੇ ਚਲਾਨ ਕੀਤੇ ਜਾ ਰਹੇ ਨੇ ਮਾਨਯੋਗ SSP ਸਾਹਿਬ ਰੂਪਨਗਰ ਉਹਨਾਂ ਦੀਆਂ ਹਦਾਇਤਾਂ ਨੇ ਕਿ ਜਿਹੜੇ ਮਾਸਕ ਲੋਕ ਨਹੀਂ ਪਾਉਂਦੇ ਅਤੇ ਜਾਂ ਕਾਨੂੰਨ ਦੀ ਉਲੰਘਣਾ ਕਰਦੇ ਨੇ ਵਾਇਲੇਸ਼ਨ ਕਰਦੇ ਨੇ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਅਤੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਅਤੇ ਜਿਹੜੇ ਇਨਸਾਫ ਪਸੰਦ ਲੋਕ ਨੇ ਸ਼ਰੀਫ ਲੋਕ ਨੇ ਉਹਨਾਂ ਦੀ ਤਹਿ ਦਿਲ ਨੂੰ ਰਿਸਪੈਕਟ ਵੀ ਕੀਤੀ ਜਾਂਦੀ ਹੈ ਸੋ ਇਸ ਕਰਕੇ ਸਮੇਂ ਸਮੇਂ 'ਤੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਮੌਕੇ 'ਤੇ ਫਾਈਨ ਹੈ ਸੋ ਮੈਂ ਤਾਂ ਅਪੀਲ ਇਹੀ ਕਰੂੰਗਾ ਜਨਤਾ ਨੂੰ ਕਿ ਜੁਰਮਾਨਾ ਵਗੈਰਾ ਦੇਣ ਦੀ ਬਜਾਏ ਭਰਨ ਦੀ ਬਜਾਏ ਅਤੇ ਜੇ ਮਾਸਕ ਦਾ ਜਿਹੜਾ ਹੈ ਲਗਾਇਆ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਕੋਈ ਕਿਹਾ ਨਹੀਂ ਜਾ ਸਕਦਾ ਵੱਧ ਤੋਂ ਵੱਧ ਚਲਾਨ ਕਰੇ ਕੀਤੇ ਜਾਣਗੇ ਮਾਸਕ ਦੇ ਕਿਉਂਕਿ ਲੋਕਾਂ ਨੂੰ ਇਸ ਬਿਮਾਰੀ ਨੇ ਫਿਰ ਲਪੇਟ ਵਿੱਚ ਲੈ ਲੈਣਾ ਬਹੁਤ ਵੱਡੀ ਜੰਗੀ ਪੱਧਰ 'ਤੇ ਬਿਮਾਰੀ ਉੱਭਰ ਕੇ ਆ ਰਹੀ ਹੈ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਪਿਛਲੇ ਦੇਖ ਲਓ ਤੁਸੀਂ ਪਿਛਲੇ ਸਾਲ ਅਪ੍ਰੈਲ ਤੋਂ ਇਹ ਬਿਮਾਰੀ ਚੱਲੀ ਸੀ ਅਤੇ ਵਿੱਚ ਅਵੇਅਰ ਵੀ ਕਰਦੇ ਰਹੇ ਹੈ ਕਿ ਜਿਹੜੇ ਨਹੀਂ ਲੋਕ ਇਸ ਗੱਲ ਨੂੰ ਕਾਨੂੰਨ ਨੂੰ ਅਡੋਪਟ ਕਰਦੇ ਉਹਨਾਂ ਨੂੰ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਵੀ ਕੀਤੇ ਜਾਂਦੇ ਹੈ ਸੋ ਅੱਗੇ ਵੀ ਇਹ ਮੁਹਿੰਮ